ਧਰਮਸ਼ਾਲ ਦੀ ਅੱਜ ਦੀ ਐਪੀਸੋਡ ਦੇ ਵਿੱਚ ਅਸੀਂ ਪਹੁੰਚੇ ਹਾਂ ਫਤਿਹਗੜ੍ਹ ਜਾਂ ਗੜ੍ਹ ਫਤਿਹਸ਼ਾਹ ਵੀ ਇਹਨੂੰ ਕਹਿੰਦੇ ਨੇ। ਜ਼ਿਲ੍ਹਾ ਫੈਸਲਾਬਾਦ ਦਾ ਇੱਕ ਕਸਬਾ ਹੈਗਾ ਅਤੇ ਅਸੀਂ ਹੜੱਪਾ ਤੋਂ ਵਾਪਸ ਆ ਰਹੇ ਸੀਗੇ ਅਤੇ ਇਸ ਜਗ੍ਹਾ ਬਾਰੇ ਅਸੀਂ ਸੁਣਿਆ ਸੀ ਅਤੇ ਅੱਜ ਅਸੀਂ ਪਹੁੰਚੇ ਕਿ ਵੈਸੇ ਮਸ਼ਹੂਰ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਪਰ ਸਾਹਮਣੇ ਗੁਰਮੁਖੀ ਲਿਖੀ ਹੈ, ਲੇਕਿਨ ਗੁਰਮੁਖੀ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਵਿਖਾਵਾਂ। ਇਹ ਵੇਖੋ ਉੱਪਰ ਇਹਦਾ ਬਹੁਤ ਸੋਹਣਾ ਜਿਹੜਾ ਹੈ ਗੁੰਬਦ ਵੀ ਬਣਿਆ ਹੋਇਆ ਔਰ ਗੁਰਦੁਆਰੇ ਦੇ ਤਰ੍ਹਾਂ ਦਾ ਲੁੱਕ ਇਹਦਾ ਬਣਿਆ ਹੋਇਆ, ਪਰ ਅਸਲ ਦੇ ਵਿੱਚ ਇਹ ਇੱਥੋਂ ਦੇ ਕਿਸੇ ਮਹੰਤ ਜੀ ਦੀ ਜਗ੍ਹਾ ਸੀਗੀ। ਸੋ ਉਸ ਵੇਲੇ ਗੁਰਦੁਆਰਿਆਂ ਦਾ ਵੀ ਸਾਰਾ ਕੰਮ ਮਹੰਤਾਂ ਕੋਲ ਸੀ, ਇਹ ਵੀ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ। ਉਸ ਤੋਂ ਪਹਿਲਾਂ ਤੁਸੀਂ ਇਹ ਵੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਿਖੀ ਹੋਈ ਹੈ ਔਰ ਉੱਪਰ ਲਿਖਿਆ ਵੀ ਹੋਇਆ ਗੁਰੂ ਨਾਨਕ ਦੇਵ ਜੀ। ਫਿਰ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਇਹਨਾਂ ਨੇ ਇੱਕ ਪੇਂਟਿੰਗ ਬਣਾਈ ਹੋਈ ਹੈ ਜੋ ਖਿਆਲੀ ਤਸਵੀਰ ਹੈ। ਇਸੇ ਤਰ੍ਹਾਂ ਹਰ ਇੱਕ ਖਾਨੇ ਦੇ ਵਿੱਚ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਔਰ ਇਸੇ ਤਰ੍ਹਾਂ ਸਾਹਮਣੇ ਵੀ ਫਰੈਸਕੋ ਸੀਗੇ ਲੇਕਿਨ ਹੁਣ ਖਰਾਬ ਹੋ ਚੁੱਕੇ ਨੇ। ਔਰ ਇਸ ਪਾਸੇ ਵੀ ਲਗਭਗ ਹਰ ਗੁਰੂ ਜੀ ਦੀ ਜਿਹੜੀ ਇੱਕ ਖਿਆਲੀ ਤਸਵੀਰ ਹੈ ਉਹ ਬਣਾਈ ਗਈ ਹੈ। ਸੋ ਇਹ ਜਿਹੜੀ ਜਗ੍ਹਾ ਲਿਖੀ ਹੋਈ ਹੈ, ਅਮੂਮਨ ਬਹੁਤ ਸਾਰੇ ਲੋਕ ਹਰ ਥਾਂ ਨੂੰ ਗੁਰਦੁਆਰਾ ਲਿਖਦੇ ਆ, ਲੇਕਿਨ ਉਸ ਵੇਲੇ ਚੂੰਕਿ ਮਿਕਸ ਕਲਚਰ ਸੀ ਸੋ ਮਿਕਸ ਕਲਚਰ ਦੇ ਵਿੱਚ ਜਿਹੜਾ ਹੈ ਉਹ ਬਹੁਤ ਸਾਰੀਆਂ ਸਮਾਧਾਂ ਜਾਂ ਆਪਾਂ ਕਹਿ ਦਈਏ ਕਿ ਲੋਕਾਂ ਦੀ ਯਾਦ ਦੇ ਵਿੱਚ ਜਿਹੜੀਆਂ ਥਾਵਾਂ ਨੇ ਉਹ ਬਣਾਈਆਂ ਗਈਆਂ। ਹੁਣ ਮੈਂ ਉੱਪਰੋਂ ਦੀ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉੱਪਰ ਕੁਛ ਵੀ ਨਹੀਂ ਪੜ੍ਹਿਆ ਜਾ ਰਿਹਾ, ਲੇਕਿਨ ਹਾਂ ਇੱਥੋਂ ਮਹੰਤ ਚਰਨ ਦਾਸ ਜੀ, ਚੇਲਾ ਸ਼੍ਰੀ ਮਾਨ ਮਹੰਤ ਨਾਰਾਇਣ ਦਾਸ ਜੀ, ਫੱਗਣ ਦੀ ਮੇਰਾ ਖਿਆਲ ਹੈ ਉਮਤ 19 ਔਰ ਸਮਝ ਜੋ ਹੈ ਉਹ 1971 ਲਿਖੀ ਹੋਈ ਹੈ ਮੇਰੇ ਪੜ੍ਹਨ ਦੇ ਵਿੱਚ, ਗਲਤ ਵੀ ਹੋ ਸਕਦੀ ਹੈ। ਅਤੇ ਇਹਦੇ ਮੁਤਾਬਿਕ ਸਮਝ ਜਿਹੜੀ ਹੈ ਇਹ ਬਣ ਸਕਦੀ ਹੈ ਸੰਨ ਜਿਹੜਾ ਹੈ 1910 ਦੇ ਕਰੀਬ ਜਾਂ 10-12 ਦੇ ਕਰੀਬ ਜਿਹੜੀ ਹੈ ਉਹ ਇਹਦੀ ਸਮਤ ਜਿਹੜਾ ਸੰਨ ਹੈ ਉਹ ਬਣਦਾ ਹੈ। ਸੋ ਇਹ ਹੋ ਸਕਦਾ ਹੈ ਕਿ ਉਹੀ ਮਹੰਤ ਹੋਵੇ ਮਹੰਤ ਨਾਰਾਇਣ ਦਾਸ ਜੀ ਜਿਹੜੇ ਮਹੰਤ ਨਨਕਾਣਾ ਸਾਹਿਬ ਦੇ ਸੀਗੇ, ਸੋ ਉਹਨਾਂ ਦੇ ਚੇਲੇ ਸੀਗੇ ਮਹੰਤ ਚਰਨ ਦਾਸ ਜੀ। ਸੋ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਕੋਈ ਯਾਦ ਦੇ ਵਿੱਚ ਕੋਈ ਜਗ੍ਹਾ ਬਣਾਈ ਗਈ ਹੋਵੇ। ਸੋ ਇਸੇ ਤਰ੍ਹਾਂ ਇਹਦੀ ਛੱਤ ਜਿਹੜੀ ਹੈ ਉਹ ਹੁਣ ਡਿੱਗ ਚੁੱਕੀ ਹੈ ਔਰ ਛੋਟਾ ਜਿਹਾ ਵਿਹੜਾ ਹੈ, ਮਤਲਬ ਖੁੱਲ੍ਹਾ ਜਿਹਾ, ਸੋ ਬਹੁਤ ਵੱਡੀ ਜਗ੍ਹਾ ਨਹੀਂ ਹੈ। ਇਸੇ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਗੁਰਦੁਆਰੇ ਦੇ ਦੂਸਰੇ ਇਸ ਜਗ੍ਹਾ ਦੇ ਇਸ ਮੇਰਾ ਖਿਆਲ ਹੈ ਮਹੰਤ ਚਰਨ ਦਾਸ ਜੀ ਦੀ ਯਾਦ ਦੇ ਵਿੱਚ ਜਿਹੜੀ ਇਹ ਜਗ੍ਹਾ ਬਣਾਈ ਗਈ ਹੈ। ਗੁਰਦੁਆਰਾ ਇਹਨੂੰ ਆਪਾਂ ਨਹੀਂ ਕਹਿ ਸਕਦੇ, ਲੇਕਿਨ ਇਹ ਇੱਕ ਸਮਾਜ ਜਿਹੜੀ ਹੈ ਉਹ ਬਣੀ ਹੋਈ ਹੈ। ਸੋ ਇਸ ਤਰ੍ਹਾਂ ਦੀਆਂ ਕੁਟੀਆਂ ਕਹਿ ਲਓ ਜਾਂ ਬਹੁਤ ਸਾਰੀਆਂ ਜਗ੍ਹਾਵਾਂ, ਇਹ ਜੰਗ ਸ਼ਹਿਰ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਥਾਵਾਂ ਮਿਲ ਜਾਣਗੀਆਂ ਬੜੇ ਆਸਾਨੀ ਦੇ ਨਾਲ, ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਵੱਡਾ ਸੀ, ਵਕਤ ਦੇ ਨਾਲ ਨਾਲ ਜਿਹੜਾ ਹੈ ਉਹ ਟੁੱਟ ਗਿਆ। ਵੇਖੋ ਇੱਧਰੋਂ ਵੀ ਸੀਗਾ ਹੈ ਔਰ ਇਸ ਤਰ੍ਹਾਂ ਜਿਹੜਾ ਹੈ ਉਹ ਦੂਜੇ ਪਾਸੇ ਵੀ ਡੋਟਸ ਬਣੇ ਨੇ, ਲੇਕਿਨ ਇੱਕ ਪਿੱਪਲ ਦਾ ਬੂਟਾ ਬਹੁਤ ਹੀ ਪੁਰਾਣਾ ਇਸ ਘਰ ਦੇ ਵਿੱਚ ਮੌਜੂਦ ਹੈ। ਹੁਣ ਮੇਰਾ ਖਿਆਲ ਹੈ ਭਾਅ ਜੀ ਕਿੰਨੀ ਜਗ੍ਹਾ ਹੈ ਔਕਾਫ ਦੀ ਇੱਥੇ? ਸਾਰਾ ਗੜ੍ਹ ਔਕਾਫ ਹੈ, ਸਾਰੀਆਂ ਦੁਕਾਨਾਂ ਬੱਲੇ 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 ਇਹਨਾਂ ਦਾ ਕੋਈ ਸਟਾਮ ਸਟੂਮ ਸਿਰਫ ਸਟਾਮ ਹੀ ਹੈ ਸਟਾਮ ਹੀ ਹੈ ਅਗਰ ਕੋਈ ਜਗ੍ਹਾ ਬਣੀ ਹੈ ਨਾ ਤੇ ਉਹਦੇ ਨਾਲ 2 ਮੁਰੱਬੇ 4 ਮੁਰੱਬੇ ਜਾਂ ਕੁਛ ਏਕੜ ਜ਼ਮੀਨ ਹੁੰਦੀ ਸੀ। 3 ਮੁਰੱਬੇ 3 ਸਿਰਸਾਈਆਂ ਸ਼ਾਮਲਾਟ ਇਹਦੇ ਨਾਲ ਨਹੀਂ ਜੁੜੀ ਭਾਜੀ? ਅਮੂਮਨ ਤਾਂ ਮੈਂ ਇੱਦਾਂ ਹੀ ਵੇਖਿਆ ਵਾ ਜਗ੍ਹਾ ਦੇ ਨਾਮ ਦੇ ਨਾਲ ਜੁੜੀ ਹੁੰਦੀ, ਲੇਕਿਨ ਔਕਾਫ ਵਾਲੇ ਚਲੋ ਬਿਹਤਰ ਦੱਸ ਸਕਦੇ। 3 ਮਰਲੇ 3 ਸਿਰਸਾਈਆਂ ਸੋ ਇਹ ਪਿੱਪਲ ਦਾ ਬੂਟਾ ਇੱਥੇ ਕਾਫੀ ਪੁਰਾਣਾ ਲੱਗਾ ਹੋਇਆ, ਮੇਰਾ ਖਿਆਲ 1947 ਤੋਂ ਪਹਿਲੇ ਦਾ ਹੀ ਹੋਣਾ ਹੈ ਨਾ? ਬਿਲਕੁਲ। ਸੋ ਆਪਾਂ ਅੰਦਰੋਂ ਵੀ ਵਿਖਾ ਦਿੰਦੇ ਹਾਂ, ਪਰ ਅੰਦਰੋਂ ਕੋਈ ਇਹਦੀ ਖਾਸ ਚੀਜ਼ ਨਹੀਂ ਹੈ ਔਰ ਥੜੇ ਵਾਲੀ ਥਾਂ ਜਿਹੜੀ ਹੈ ਅਮੂਮਨ
ਜਿਹੜੇ ਖਜ਼ਾਨਾ ਵਾਲੇ ਲੋਕ ਆਉਂਦੇ ਉਹ ਥੜੇ ਵਾਲੀ ਥਾਂ ਪੁੱਟ ਦਿੰਦੇ ਆ ਅਮੂਮਨ ਪਾਕਿਸਤਾਨ ਦੇ ਵਿੱਚ, ਅਤੇ ਉਹ ਫਰੈਸਕੋਸ ਕੁਛ ਦੀਵਾਰਾਂ ਦੇ ਸਾਈਡ 'ਤੇ ਬਣੇ ਹੋਏ ਆ ਔਰ ਅੰਦਰੋਂ ਲਗਭਗ ਸਾਰਾ ਜਿਹੜਾ ਹੈ ਉਹ ਖਾਲੀ ਹੈ। ਅਤੇ ਬਸ ਜੀ ਇਹ ਜਗ੍ਹਾ ਅਮੂਮਨ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਥਾਵਾਂ ਹੈ ਨੇ ਜਿਨ੍ਹਾਂ ਨੂੰ ਲੋਕ ਗੁਰਦੁਆਰਾ ਸਮਝ ਬੈਠਦੇ। ਹੋ ਸਕਦਾ ਇੱਥੇ ਗੁਰਦੁਆਰਾ ਵੀ ਹੋਵੇ, ਪ੍ਰਕਾਸ਼ ਕੀਤਾ ਗਿਆ ਹੋਵੇ ਇੱਥੇ, ਲੇਕਿਨ ਜ਼ਿਆਦਾ ਚਾਂਸਿਸ ਆ ਕਿ ਇਹ ਜਗ੍ਹਾ ਕਿਸੇ ਦੀ ਯਾਦ ਦੇ ਵਿੱਚ ਬਣੀ ਹੋਈ ਜਗ੍ਹਾ ਹੈ। ਸੋ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਧਰਮਸ਼ਾਲ ਨੂੰ ਲੈ ਕੇ ਅਸੀਂ ਪੂਰੇ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਵਿਛੜੇ ਗੁਰਧਾਮ ਨੇ ਉਹਨਾਂ ਦੀ ਹਿਸਟਰੀ ਲਈ ਕੋਸ਼ਿਸ਼ ਕਰਦੇ ਹਾਂ। ਕੋਈ ਡਾਕੂਮੈਂਟੇਸ਼ਨ ਆਪਾਂ ਇਕੱਠੇ ਕਰ ਰਹੇ ਹਾਂ ਕਿ ਸਾਡੇ ਕੋਲ ਟੋਟਲ ਕਿੰਨੇ ਕੁ ਸਥਾਨ ਹੈਗੇ ਪੂਰੇ ਪਾਕਿਸਤਾਨ ਦੇ ਵਿੱਚ, ਔਰ ਇਹਦੇ ਲਈ ਲਗਭਗ 4 ਸਾਲ ਦਾ ਅਰਸਾ ਸਾਨੂੰ ਲੱਗੇਗਾ, ਜਿਹਨੂੰ ਆਪਾਂ ਇਹਦੇ ਵਿੱਚ ਬਹੁਤ ਸਾਰੇ ਅਸਥਾਨ ਜਿਸ ਤਰ੍ਹਾਂ ਆਪਾਂ ਝੰਗ ਸੀਰੀਜ਼ ਦੇ ਵਿੱਚ ਵੀ ਵੇਖੇ ਕਿ ਉਹ ਮਸ਼ਹੂਰ ਗੁਰਦੁਆਰੇ ਦੇ ਨਾਂ ਤੋਂ ਨੇ, ਲੇਕਿਨ ਇਹ ਹੁਣ ਨਹੀਂ ਪਤਾ ਕਿ ਇਹ ਗੁਰਦੁਆਰੇ ਹੈ ਨੇ ਜਾਂ ਨਹੀਂ ਹੈ ਨੇ। ਸੋ ਇਸ ਤਰ੍ਹਾਂ ਦੇ ਅੱਗੇ ਬਹੁਤ ਸਾਰੇ ਅਸਥਾਨ ਹੋਰ ਵੀ ਹੈਗੇ ਨੇ ਜਿਨ੍ਹਾਂ ਦੇ ਆਪਾਂ ਦਰਸ਼ਨ ਕਰਾਂਗੇ, ਕਿਉਂਕਿ ਇਤਿਹਾਸਿਕ ਤਾਂ ਹੈ ਹੀ ਹੈ, ਜਗ੍ਹਾ ਤਾਂ ਹਿਸਟੋਰੀਕਲ ਹੈ। ਸੋ ਇਸ ਲਈ ਅਸੀਂ ਆਪਣੇ ਡਾਕੂਮੈਂਟੇਸ਼ਨ ਦੇ ਵਿੱਚ ਇਹਨੂੰ ਸ਼ਾਮਿਲ ਕਰ ਰਹੇ ਹਾਂ। ਔਰ ਅਗਰ ਚੜ੍ਹਦੇ ਪੰਜਾਬ ਦੇ ਵਿੱਚ ਕੋਈ ਐਸਾ ਬੰਦਾ ਜੋ ਇਹਨਾਂ ਨੂੰ ਜਾਣਦਾ ਹੋਵੇ ਉਹ ਜ਼ਰੂਰ ਕਮੈਂਟਾਂ ਰਾਹੀਂ ਸਾਨੂੰ ਦੱਸਣ, ਤਾਂ ਕਿ ਇਹਦੀ ਹਿਸਟਰੀ ਜਿਹੜੀ ਹੈ ਉਹ ਹੋਰ ਪ੍ਰੋਬਲਮ ਦੀ ਆਪਾਂ ਕੋਸ਼ਿਸ਼ ਕਰ ਲਈਏ। ਬਾਕੀ ਅਗਰ ਇਹਨਾਂ ਦੇ ਪਿੰਡ ਦੇ ਵਿੱਚ ਕੋਈ ਐਸਾ ਸ਼ਖਸ ਹੋਵੇ ਗੜਫਤਿਹ ਦੇ ਵਿੱਚ ਜਿਹੜਾ ਜਿਨ੍ਹਾਂ ਦੀ ਸਾਂਝ ਪੁਰਾਣੇ ਸਿੱਖਾਂ ਨਾਲ ਹਿੰਦੂਆਂ ਨਾਲ ਰਹੀ ਹੋਵੇ, ਉਹ ਵੀ ਰਾਬਤਾ ਕਰ ਲਵੇ, ਤਾਂ ਕੋਲ ਹੋਰ ਮਾਲੂਮਾਤ ਜਿਹੜੀਆਂ ਨੇ ਉਹ ਇਕੱਠੀ ਕਰ ਸਕੀਏ। ਬਹੁਤ ਸ਼ੁਕਰੀਆ ਜੀ। ਬਾਕੀ ਤੁਸੀਂ ਵੇਖ ਸਕਦੇ ਹੋ ਇੱਥੇ ਉੱਪਰ ਵਾਲੇ ਗੁੰਬਦ ਵਾਲੇ ਹਿੱਸੇ ਦੇ ਵਿੱਚ ਵੀ ਕਾਫੀ ਫਰੈਸਕੋਜ਼ ਬਣੇ ਹੋਏ ਨੇ।